ਸਤਿ ਸ਼੍ਰੀ ਅਕਾਲ, ਵੈਲਕਮ ਬੈਕ ਨਿਊ ਵਲੌਗ। ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ। ਸੋ ਅੱਜ ਦਾ ਜੋ ਵਲੌਗ ਹੈ ਉਹ ਤੁਸੀਂ ਟਾਈਟਲ ਪੜ੍ਹ ਹੀ ਲਿਆ, ਉਹਦੇ ਰਿਗਾਰਡਿੰਗ ਹੈਗਾ। ਅਤੇ ਇੰਨੇ ਦਿਨ ਬਾਕੀ ਮੈਂ ਵਲੌਗਿੰਗ ਤਾਂ ਹੀ ਨਹੀਂ ਕਰ ਸਕਿਆ, ਥੋੜ੍ਹਾ ਜਿਹਾ ਕੰਮ ਕਾਜ 'ਚ ਬਿਜ਼ੀ ਸੀਗਾ। ਸੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ, ਅਤੇ ਆਓ ਫਿਰ ਤੁਹਾਨੂੰ ਦਿਖਾਉਂਦੇ ਹਾਂ ਘਰ ਦਾ ਵਿਊ। ਇਹ ਹੈ ਜੀ ਮੇਨ ਐਂਟਰੀ ਆਪਣੇ ਘਰ ਦੀ। ਐਂਟਰ ਹੁੰਦਿਆਂ ਸਾਰ ਹੀ ਲੈਫਟ ਸਾਈਡ 'ਤੇ ਇੱਕ ਡਰਾਇੰਗ ਰੂਮ ਦਾ ਡੋਰ ਆ ਜਾਂਦਾ ਜੀ ਇਹ ਸਾਹਮਣੇ, ਅਤੇ ਉੱਧਰ ਬਾਥਰੂਮ ਆ ਗਿਆ। ਇਹ ਬਾਥਰੂਮ ਹੈ ਜੀ। ਇਸ ਤੋਂ ਬਾਅਦ ਆਪਣਾ ਦਗਦਗ, ਨੋ ਫਾਰਮਰ ਨੋ ਫੂਡ, ਫੁੱਲ ਸਪੋਰਟ ਹੈ ਜੀ ਕਿਸਾਨ ਏਕਤਾ ਨੂੰ। ਬਸ ਛੇਤੀ ਦਿੱਲੀ ਜਾ ਰਹੇ ਹਾਂ ਅਸੀਂ ਵੀ। ਇਹ ਆ ਜਾਂਦੀਆਂ ਜੀ ਅੱਗੇ ਲੋਬੀ, ਇਹ ਆ ਗਈਆਂ ਸਟੇਅਰਸ ਉੱਪਰ ਤੱਕ। ਇੱਕ ਉੱਪਰ ਰੂਮ ਹੈਗਾ, ਇਹ ਨਾਲ ਵਾਲੇ ਘਰ ਦੀ ਪਾਰਟੀਸ਼ਨ ਹੈ, ਉਹ ਆਪਾਂ ਰੈਂਟ 'ਤੇ ਦੇ ਦਈਦਾ ਜੀ। ਅੱਗੋਂ ਇਹ ਆ ਗਿਆ ਜੀ ਆਪਣਾ ਡਾਇਨਿੰਗ ਟੇਬਲ ਹਾਲ, ਫਿਲਹਾਲ ਉਹ ਤਾਂ ਹੈ ਨਹੀਂ ਗਾ, ਉਹ ਰਿਪੇਅਰਿੰਗ ਵਾਸਤੇ ਗਿਆ ਹੋਇਆ। ਅਤੇ ਇਹ ਅੱਗੇ ਆ ਗਿਆ ਜੀ ਮੇਨ ਰੂਮ, ਬੈੱਡਰੂਮ। ਇਹ ਦਾਸ ਦਾ ਬੈੱਡਰੂਮ ਹੈ ਜੀ। ਸੋ ਇਹ ਕੁਛ ਇਸ ਤਰ੍ਹਾਂ ਹੈਗਾ, ਆ ਚੇਅਰਸ ਪਈਆਂ। ਸੋ ਇਹਦੇ ਵੀ ਇਹ ਡਰੈਸਿੰਗ ਰੂਮ ਹੈ ਜੀ। ਆਹ ਛੋਟਾ ਗੇਟ ਆ ਜਿਹੜਾ ਤੁਸੀਂ ਦੇਖ ਰਹੇ ਹੋ, ਇਹ ਡਰੈਸਿੰਗ ਰੂਮ ਹੈ। ਅਤੇ ਇਸ ਤੋਂ ਬਾਅਦ ਅੱਗੇ ਨੈਕਸਟ ਇਹ ਸਟੋਰ ਰੂਮ ਹੈ। ਅਤੇ ਇਸ ਤੋਂ ਬਾਅਦ ਜੀ ਨਾਲ ਹੀ ਇਹ ਮੰਮੀ ਪਾਪਾ ਹੋਰਾਂ ਦਾ ਰੂਮ ਆ ਗਿਆ। ਇਹ ਕ੍ਰੋਸ ਕਰਨ ਤੋਂ ਬਾਅਦ ਪਿੱਛੇ ਥੋੜ੍ਹਾ ਓਪਨ ਏਰੀਆ ਦੇ ਰੱਖਿਆ ਜੀ ਆਪਾਂ, ਵਾਸ਼ਿੰਗ ਮਸ਼ੀਨ ਵਗੈਰਾ ਜਾਂ ਕੂਲਰ ਵਗੈਰਾ ਰੱਖੇ ਹੋਏ ਆ ਇੱਥੇ। ਇੱਦਾਂ ਕੁਛ ਇਹ ਉੱਪਰ ਤੱਕ ਅੱਧਾ ਹਾਫ ਸ਼ੈੱਡ ਆ, ਹਾਫ ਓਪਨ ਆ। ਇਹ ਇੱਦਾਂ ਦਾ ਵਿਊ ਹੈ ਇੱਥੇ ਥੋੜ੍ਹਾ ਜਿਹਾ। ਸੋ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਬਾਹਰ ਨੂੰ। ਅਤੇ ਇੱਥੇ ਨਿਕਲਣ ਤੋਂ ਬਾਅਦ ਇੱਧਰ ਆ ਗਿਆ ਜੀ ਆਪਣਾ ਡਰਾਇੰਗ ਰੂਮ। ਇਹ ਡਰਾਇੰਗ ਰੂਮ ਹੈ ਜੀ। ਆਹ ਟੂਰ ਤੁਹਾਨੂੰ ਮੈਂ ਬਾਹਰੋਂ ਦਿਖਾਤਾ ਸੀਗਾ, ਉਹ ਦਾਦਾ ਜੀ ਦੀ ਫੋਟੋ। ਆਹ ਇੱਧਰ ਨਿਕੂ ਜਾ ਮੈਂ, ਇਹ ਮੈਂ 6 ਮਹੀਨਿਆਂ ਦਾ ਸੀਗਾ ਉਦੋਂ ਸ਼੍ਰੀ ਹੇਮਕੁੰਟ ਸਾਹਿਬ ਗਏ ਸੀ ਅਸੀਂ, ਤਾਂ ਪਾਪਾ ਨੇ ਉਹਨਾਂ ਨੇ ਚੱਕਿਆ ਹੋਇਆ ਇੱਕ ਹੱਥ 'ਤੇ। ਉਹ ਸਾਹਮਣੇ ਆਪਣਾ LED TV ਨਾਲ ਮਿਊਜ਼ਿਕ ਸਿਸਟਮ ਪੂਰਾ। ਬਾਕੀ ਤੁਸੀਂ ਕਲਰ ਦੇਖਿਓ ਜੀ, ਦੱਸਿਓ ਜ਼ਰੂਰ ਵੀ ਕਿੱਦਾਂ ਦੇ ਹੋਏ ਆ ਕਲਰ, ਸਾਰੇ ਨਿਊ ਕਰਾਏ ਆ ਹੁਣ ਆਪਾਂ। ਇਹ ਨਾਨਕਾ ਪਰਿਵਾਰ ਹੈ ਜੀ, ਮਾਮਾ ਜੀ ਹੁਣੀ, ਨਾਨੀ ਮਾਂ, ਮਾਸੀ ਜੀ ਹੁਣੀ, ਮੰਮੀ, ਉਹ ਸੈਂਟਰ 'ਚ ਮੰਮੀ ਨੇ ਇੱਧਰ ਨਾਲ ਖੜ੍ਹੇ, ਜਿਹੜੇ ਇੱਧਰੋਂ ਰਾਈਟ ਸਾਈਡ 'ਤੇ 2 ਨੰਬਰ 'ਤੇ ਆ। ਉਦੋਂ ਬਾਅਦ ਜੀ ਆਪਾਂ ਬਾਹਰ ਨਿਕਲਦੇ ਹਾਂ ਤਾਂ ਇੱਧਰ ਰਾਈਟ ਸਾਈਡ 'ਤੇ ਕਿਚਨ ਆ ਜਾਂਦੀ ਹੈ ਜੀ। ਆਹ ਫਰਿੱਜ ਇਹ ਵੀ ਨਿਊ ਲਈ ਆ। ਉਦੋਂ ਬਾਅਦ ਜੀ ਆਪਾਂ ਬਾਹਰ ਆ ਜਾਂਦੇ ਹਾਂ, ਇਹ ਇੱਦਾਂ ਇੱਥੋਂ ਲੋਬੀ ਦਾ ਵਿਊ ਆ। ਆ ਸੋ ਇੱਥੇ ਆਪਾਂ ਸਟੇਅਰਸ ਆ ਗਈਆਂ, ਇਹ ਆਪਾਂ ਉੱਪਰ ਨੂੰ ਜਾਂਦੇ ਹਾਂ, ਉੱਪਰਲਾ ਰੂਮ ਵੀ ਦਿਖਾ ਦਈਏ ਤੁਹਾਨੂੰ। ਆ ਉੱਪਰਲਾ ਰੂਮ ਹੈ ਜੀ, ਇਹ ਉਦੋਂ ਤੁਸੀਂ ਦੇਖਿਆ ਹੀ ਸੀਗਾ, ਪਹਿਲਾਂ ਇਹੀ ਤਿਆਰ ਕਰਾਇਆ ਸੀਗਾ। ਅਸਲ 'ਚ ਪੇਂਟਰ ਦੀ ਟੈਸਟਿੰਗ ਲਈ ਸੀਗੀ, ਉਹਦਾ ਟੈਸਟ ਕਲੀਅਰ ਹੋ ਗਿਆ, ਸੋ ਆਪਾਂ ਅੱਗੇ ਦਾ ਕੰਮ ਵਧਾ ਲਿਆ। ਇਹ ਇੱਥੇ ਆ ਉੱਪਰਲਾ ਰੂਮ ਆ। ਇਹ ਪਹਿਲਾਂ ਮੈਂ ਸੋਚਿਆ ਮੈਂ ਇੱਥੇ ਹੀ ਤਿਆਰ ਕਰੂੰਗਾ ਸਾਰਾ, ਇੱਥੇ ਹੀ ਆਪਦਾ ਬੈੱਡ ਵਗੈਰਾ, ਪਰ ਫਿਰ ਉਦੋਂ ਬਾਅਦ ਮੈਂ ਕਿਹਾ ਵੀ ਨਹੀਂ ਥੱਲੇ ਠੀਕ ਆ, ਫਿਰ ਮੰਮੀ ਨੇ ਕਹਿਣ ਲੱਗੀ ਝਾੜ ਤਾਂ ਜਾਣੇ ਆ, ਫਿਰ ਉੱਪਰ ਜਾ ਕੇ ਬਹਿ ਜਾਏਗਾ ਕੀ ਫਾਇਦਾ। ਆਹ ਲਓ ਜੀ ਆਹ ਪਏ ਆ ਟਿੰਡੇ ਖਿਲਾਰੇ ਜੱਟਾਂ ਦੇ, ਭਰੀ ਪਈ ਆ ਛੱਤ ਸਾਰੀ। ਆਹ ਕੁਛ ਉੱਪਰ ਦਾ ਵਿਊ ਆ ਇੱਦਾਂ। ਆਹ ਨਾਲ ਇਹ ਸ਼ੋਪ ਆ, ਨਾ ਇਹ ਵੀ ਘਰ ਆਪਣਾ ਹੀ ਆ, ਬਾਕੀ ਗ੍ਰੀਨ ਗਰਾਸ ਲਵਾਇਆ ਸੀਗਾ। ਇੱਦਾਂ ਵਿਊ ਆ ਥੋੜ੍ਹਾ ਜਿਹਾ ਉੱਪਰੋਂ ਕੁਛ ਓਪਨ ਆ। ਉਹ ਸਾਹਮਣੇ ਸੜਕ ਆ ਜਾਂਦੀ ਹੈ ਜੀ, ਮੇਨ ਹਾਈਵੇ ਆ ਉਹ। ਤੁਹਾਨੂੰ ਬੈਕ ਸਾਈਡ ਵੀ ਦਿਖਾ ਦਿੰਦੇ ਹਾਂ। ਆਹ ਹਜੇ ਤਾਂ ਰੰਗ ਵਾਲਾ ਕੰਮ ਵੀ ਪਿਆ, ਖਿਲਰੇ ਪਏ ਆ ਭਾਂਡੇ ਰੰਗ ਵਾਲੇ,
ਡੱਬੇ ਡੁੱਬੇ ਉਵੇਂ ਪਏ ਆ, ਕੰਮ ਕਾਏ ਕਰਨ ਦੇ ਆ ਹਜੇ ਤਾਂ। ਹੋਰ ਸ਼ੋਪ ਰਹਿੰਦੀ ਆ ਹਜੇ, ਆਹ ਬੈਕਯਾਰਡ ਪਿੱਛੋਂ ਤੁਹਾਨੂੰ ਦਿਖਾਇਆ ਸੀ ਓਪਨ ਏਰੀਆ, ਉੱਪਰੋਂ ਇੱਦਾਂ ਕੁਛ ਆਹ ਕਲਾਕਾਰੀਆਂ ਪੂਰੀਆਂ ਕੀਤੀਆਂ। ਇੱਧਰ ਵੀ ਪਾਏ ਪਏ ਜੀ ਟਿੰਡੇ। ਆਹ ਰੈਂਟ ਵਾਲਾ ਘਰ ਆ ਜੀ, ਇਹ ਰੈਂਟ 'ਤੇ ਦੇ ਦਈਦਾ ਜੀ ਆਪਾਂ। ਲਓ ਜੀ, ਇੱਦਾਂ ਦਾ ਕੁਛ ਹੋਮ ਟੂਰ ਸੀਗਾ। ਆਈ ਹੋਪ ਤੁਹਾਨੂੰ ਵਧੀਆ ਲੱਗਿਆ ਹੋਊਗਾ। ਬਾਕੀ ਕਲਰਸ ਬਾਰੇ ਤੁਸੀਂ ਮੈਨੂੰ ਜ਼ਰੂਰ ਦੱਸਿਓ ਵੀ ਕਿੱਦਾਂ ਦੇ ਲੱਗੇ ਆ, ਉਹ ਕਮੈਂਟ ਜ਼ਰੂਰ ਕਰਿਓ ਜੀ ਸਾਰੇ ਜਣੇ ਵੱਧ ਤੋਂ ਵੱਧ। ਹਾਂਜੀ, ਫਿਰ ਕਿੱਦਾਂ ਲੱਗਿਆ ਤੁਹਾਨੂੰ ਆਪਣਾ ਵਿਊ ਘਰ ਦਾ, ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਬਾਕੀ ਹਜੇ ਅੱਧੇ ਕੰਮ ਰਹਿੰਦੇ ਆ, ਕਰਟਨਸ ਵਗੈਰਾ ਲਵਾਉਣੇ ਆ, ਕੁਛ ਕੁ ਹੋਰ ਸਮਾਨ ਲੈ ਕੇ ਆਉਣ ਵਾਲਾ ਰਹਿੰਦਾ ਹਜੇ, ਹੌਲੀ ਹੌਲੀ ਉਹ ਵੀ ਕਰਾਂਗੇ। ਹਜੇ ਤਾਂ ਕੰਮ ਕਰਾਇਆ ਹੀ ਸੀਗਾ, ਮੈਂ ਕਿਹਾ ਚਲੋ ਪਹਿਲਾਂ ਆਪਾਂ ਸਾਰਿਆਂ ਨਾਲ ਸਾਂਝਾ ਕਰ ਲਈਏ। ਬਾਕੀ ਕਲਰਸ ਵਗੈਰਾ ਮੈਂ ਅਲੱਗ ਅਲੱਗ ਕਰਵਾਏ ਆ, ਥੋੜ੍ਹੀ ਜਿਹੀ ਕਈਆਂ ਨੂੰ ਨਹੀਂ ਵੀ ਚੰਗੇ ਲੱਗਦੇ। ਬਾਕੀ ਕੋਈ ਨਾ, ਤੁਸੀਂ ਮੈਨੂੰ ਕਮੈਂਟਸ ਕਰਕੇ ਜ਼ਰੂਰ ਦੱਸਿਓ ਕਿੱਦਾਂ ਲੱਗਿਆ ਸਾਰਾ ਕੁਛ। ਅਤੇ ਬਾਕੀ ਹਜੇ ਜਾਣਾ ਨਹੀਂ, ਵੀਡੀਓ ਚੱਲੂਗੀ, ਹੋਰ ਵੀ ਨਾਈਟ ਵੀ ਦਿਖਾਉਣੇ ਆ ਤੁਹਾਨੂੰ ਘਰ ਤਾਂ, ਕੁਛ ਲਾਈਟਿੰਗ ਵਗੈਰਾ ਕੀਤੀ ਹੋਈ ਆ, ਉਹ ਵੀ ਦੇਖਿਓ, ਦੱਸਿਓ ਫਿਰ ਮੈਨੂੰ ਕਿੱਦਾਂ ਲੱਗਿਆ। ਅਤੇ ਬਾਕੀ ਇੱਦਾਂ ਹੀ ਸਪੋਰਟ ਕਰਦੇ ਰਹੋ ਜੀ, ਤੁਹਾਡੀ ਸਪੋਰਟ ਆਪਣਾ ਹੌਸਲਾ ਵੱਧਦਾ ਆ, ਸੋ ਜ਼ਰੂਰ ਸਪੋਰਟ ਕਰਿਆ ਕਰੋ ਜੀ। ਲਓ ਜੀ, ਆਹ ਆਪਣਾ ਥੋੜ੍ਹਾ ਨਾਈਟ ਵਿਊ ਇੱਦਾਂ ਦਾ ਕੁਛ, ਇਹ ਬਾਹਰ ਦਾ ਕੋਠੀ ਦਾ, ਬਾਹਰੋਂ ਇੱਦਾਂ ਲੱਗਦੀ ਆ। ਸੋ ਬਾਕੀ ਆਪਾਂ ਅੰਦਰ ਚੱਲ ਕੇ, ਮੈਂ ਅੰਦਰਲਾ ਵੀ ਦਿਖਾਉਣਾ ਤੁਹਾਨੂੰ, ਆਓ ਅੰਦਰ ਚੱਲਦੇ ਹਾਂ ਆਪਾਂ। ਲਓ ਜੀ, ਉਦੋਂ ਬਾਅਦ ਆਪਣਾ ਇਹ ਪੋਰਚ ਦਾ ਏਰੀਆ ਆ ਜਾਂਦਾ। ਆਹ ਮੈਂ ਇੱਥੇ ਰੈਸਟਿਕ ਕਰਾਇਆ ਹੋਇਆ, ਸੋ ਉਹਦੇ ਉੱਪਰ ਆ ਲਾਈਟਸ ਲੱਗੀਆਂ ਨੇ, ਇਹਨਾਂ ਦਾ ਵਿਊ ਇੱਦਾਂ ਥੋੜ੍ਹਾ ਆ, ਤੁਸੀਂ ਦੇਖ ਸਕਦੇ ਹੋ। ਬਾਕੀ ਰੈਸਟਿਕ ਦੇਖੋ, ਇਹ ਮੈਂ ਆਪ ਹੀ ਕੀਤਾ ਖੁਦ ਕਲਾਕਾਰੀ। ਉਦੋਂ ਬਾਅਦ ਆਹ ਆਪਣੇ ਅੰਦਰ ਫਰੰਟ 'ਤੇ ਆ ਲਾਈਟ, ਇਹ ਵੀ ਸੋਹਣੀ ਆ, ਨਵੀਆਂ ਹੀ ਆਈਆਂ ਇਹ ਵੀ, ਇਹ ਤਾਂ